ਫਾਜ਼ਿਲਕਾ ਦੇ ਰਿਹਾਇਸ਼ੀ ਇਲਾਕੇ 'ਚ ਸਥਿਤ ਘਿਓ ਚੀਨੀ ਦੇ ਇੱਕ ਗੋਦਾਮ 'ਚ ਛਾਪੇਮਾਰੀ ਕਰ ਪੁਲਿਸ ਨੇ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਗੋਦਾਮ ਵਿੱਚ ਇਹ ਪਟਾਕੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਕੀਤੇ ਗਏ ਸਨ। ਪੁਲਿਸ ਮੁਤਾਬਕ ਬਰਾਮਦ ਕੀਤੇ ਗਏ ਪਟਾਕਿਆਂ ਦੀ ਕੀਮਤ 4 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਦੀਆਂ ਅੱਖਾਂ 'ਚ ਧੂਲ ਪਾਉਣ ਲਈ ਪਟਾਕਿਆਂ ਦਾ ਸਾਰਾ ਮਾਲ ਘਿਓ ਚੀਨੀ ਦੇ ਡੱਬਿਆਂ 'ਚ ਹੀ ਪਾ ਕੇ ਰੱਖਿਆ ਗਿਆ ਸੀ। ਪੁਲਿਸ ਨੇ ਸਾਰੀ ਵਿਸਫੋਟਕ ਸਮੱਗਰੀ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗਾਂਧੀ ਨਗਰ ਦੇ ਵਿੱਚ ਜਿਹੜੇ ਪਟਾਕੇ ਜਿਹੜੇ ਸੀਜ਼ਰ ਕੀਤੇ ਗਏ ਆ, ਇਹਨਾਂ ਨੂੰ ਸਾਰਿਆਂ ਨੂੰ ਸੀਜ਼ ਕਰ ਲਿਆ ਹੁਣ, ਜਿਹੜੀ ਐਸ ਪਰ ਲਾਅ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ। ਪਟਾਕੇ ਦੇਖੋ ਜੀ, ਰੈਜੀਡੈਂਸ਼ੀਅਲ ਬਿਲਡਿੰਗਸ ਵਿੱਚ ਤਾਂ ਪਟਾਕੇ ਸਟੋਰ ਕਰਨਾ ਕਾਨੂੰਨ ਦੀ ਉਲੰਘਣਾ ਹੈ ਜੀ। ਜੇ ਜਿੱਥੇ ਵੀ ਬਾਹਰ ਵੀ ਜੇਕਰ ਆਪੇ ਪਟਾਕੇ ਸਟੋਰ ਕਰਦੇ ਤਾਂ ਉਹਦੇ ਬਕਾਇਦਾ ਲਾਇਸੈਂਸ ਦਿੱਤਾ ਜਾਂਦਾ ਹੈ। ਇਹ ਬਿਲਕੁਲ ਬਿਨਾਂ ਲਾਇਸੈਂਸ ਦੇ ਜਿਹੜੀ ਸੀਗੇ ਪਟਾਕੇ ਜਿਹੜੇ ਸਟੋਰ ਕੀਤੇ ਹੋਏ ਸੀਗੇ, ਇਹ ਹੁਣ ਅਸੀਂ ਸਾਰੇ ਸੀਜ਼ ਕਰ ਲਏ ਆ। ਇਹਦੇ ਜਿਹੜੀ ਐਜ਼ ਪਰ ਲਾਅ ਹੈਗੀ ਕਾਰਵਾਈ ਕਰਾਂਗੇ। ਕਾਫੀ ਦੇਖੋ 25-30 ਡੱਬੇ ਅਸੀਂ ਜਿਹੜੇ ਹੈਗੇ ਆ ਕੀਤੇ ਆ, ਅਪਰੋਕਸੀਮੇਟਲੀ 3-4 ਲੱਖ ਦੇ ਕਰੀਬ ਜਿਹੜੇ ਹੈਗੇ ਪਟਾਕੇ। ਫਿਲਹਾਲ ਲੋਕਾਂ ਵੱਲੋਂ ਕਾਨੂੰਨ ਦੇ ਨਿਯਮਾਂ ਵਿਰੁੱਧ ਗੈਰ ਕਾਨੂੰਨੀ ਢੰਗ ਨਾਲ ਘਰਾਂ ਵਿੱਚ ਵਿਸਫੋਟਕ ਸਮੱਗਰੀ ਰੱਖਣਾ ਖਤਰਨਾਕ ਸਿੱਧ ਹੋ ਸਕਦਾ ਹੈ। ਫਾਜ਼ਿਲਕਾ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।